20,000 ਰੁਪਈਆ ਉਹਨਾਂ ਪਰਿਵਾਰਾਂ ਦੀ ਸਹਾਇਤਾ ਦੇ ਲਈ ਭੇਜਣਾ ਹੈ। ਉਹਦੇ ਲਈ ਤੁਸੀਂ ਪ੍ਰਵਾਨ ਦੀ ਲੋੜ ਇਹ ਗੱਲ ਠੀਕ ਹੈ ਜਾਂ ਗਲਤ ਹੈ। ਜਿਹੜੇ ਵੀ ਸਾਥੀ ਦੇ ਸਕਦੇ ਕਿਉਂਕਿ ਮੈਂ ਸਿਰਕਾਂ ਦੀ ਕੋਰੋਨਾ ਡਿਸਟਰਬ ਨਾ ਹੋਵੇ, ਸਾਰੇ ਸਾਥੀ ਜ਼ਰੂਰ ਦੇਣ। ਦੂਸਰਾ, ਜਿਹੜੇ ਸਾਰੇ ਸਾਡੇ ਸਾਥੀ 23 ਦੇ 23 ਜਾਂ ਹੋਰ ਸਾਥੀ ਜਿਹੜੇ ਹੋਰ ਸਟੇਟਾਂ ਤੋਂ ਦਿੱਲੀ ਤਿਹਾੜ ਚੰਦਰਪੁਰੇ ਕੀ ਆ, ਜੋ 23 ਸਾਥੀ ਉੱਥੇ ਗਏ ਨੇ, ਜਿਹੜੀ ਕਮੇਟੀ ਬਣੇਗੀ ਜਾਂ ਹੋਰ ਸਾਥੀ ਜਿਨ੍ਹਾਂ ਦੀ ਅਸੀਂ ਜ਼ਿੰਮੇਵਾਰੀ ਲਾ ਰਹੇ ਹਾਂ, ਉਹ ਤੁਰੰਤ ਜਿਹੜਾ ਉਹ ਦਿੱਲੀ ਜਾ ਕੇ ਤਿਹਾੜ ਜੇਲ੍ਹ ਵਿੱਚ ਉਹਨਾਂ ਸਾਥੀਆਂ ਦੇ ਨਾਲ ਮੁਲਾਕਾਤ ਕਰਨਗੇ ਔਰ ਵਕੀਲ ਸਾਹਿਬਾਨ ਦੇ ਨਾਲ ਕਿਹੜੇ ਟਰੈਕ ਦੇ ਉੱਤੇ ਗੱਲ ਚੱਲ ਰਹੀ ਹੈ, ਅਗਰ ਉਹ ਸਹੀ ਹੋਏਗੀ ਅਸੀਂ ਨਾਲ ਵਕੀਲ ਲੈ ਕੇ ਜਾ ਰਹੇ ਹਾਂ, ਨਾਲ ਬੁੱਧੀਜੀਵੀ ਲੈ ਕੇ ਜਾ ਰਹੇ ਹਾਂ ਤਾਂ ਕਿ ਉਹਦੇ ਅੰਦਰ ਕੋਈ ਵਖਰੇਵਾ ਨਾ ਆਵੇ, ਕੋਈ ਕਿਸੇ ਨੂੰ ਕੋਈ ਕਿਲਾ ਸ਼ਿਕਵਾ ਕੋਈ ਸ਼ੱਕ ਸ਼ੁਬਾ ਨਾ ਰਹੇ। ਉਹਨਾਂ ਦੀ ਵਕੀਲਾਂ ਨਾਲ ਗੱਲ ਕਰਵਾਈ ਜਾਏਗੀ, ਅਗਰ ਟਰੈਕ ਸਹੀ ਚੱਲ ਰਿਹਾ ਤੇ ਉਹਦੇ 'ਤੇ ਅਮਲ ਕੀਤਾ ਜਾਏਗਾ, ਅਗਰ ਅਜਿਹਾ ਨਾ ਹੋ ਰਿਹਾ ਹੋਇਆ ਤਾਂ ਨਵੇਂ ਵਕੀਲਾਂ ਦੇ ਰਾਹੀਂ ਜਿਹੜੇ ਉਹਨਾਂ ਦੀ ਮੁਕੱਦਮਿਆਂ ਦੀ ਪੈਰਵਾਈ ਤੇ ਹਾੜ ਜੱਜ ਜਿਹੜੇ ਸਾਥੀ ਬਣਦੇ ਆ ਉਹਨਾਂ ਦੀ ਕੀਤੀ ਜਾਏਗੀ, ਇਹਦੀ ਫਿਰ ਪ੍ਰਵਾਨਗੀ ਹੈ। ਔਰ ਤੀਸਰਾ, ਜਿਹੜਾ ਆਪਾਂ ਕਹਿ ਰਹੇ ਹਾਂ ਕਿ ਮੰਤਰੀਆਂ ਦਾ ਜੀਣਾ ਹੈਰਾਨ ਕਰੋ, 28 ਤਰੀਕ ਨੂੰ ਹੁਸ਼ਿਆਰਪੁਰ ਤੋਂ ਮੈਂਬਰ ਪਾਰਲੀਮੈਂਟ ਕੇਂਦਰ ਸਰਕਾਰ ਦੇ ਬੇਈਮਾਨ ਮੰਤਰੀ ਸੋਮ ਪ੍ਰਕਾਸ਼ ਦੇ ਖਿਲਾਫ ਇਸ ਗੁਰੂ ਘਰ ਤੋਂ ਬਹੁਤ ਵੱਡਾ ਪ੍ਰਦਰਸ਼ਨ ਹੋਵੇ। ਬੰਦੇ ਦਾ ਪੁੱਤ ਬਣਾਉਣ ਲਈ ਆਪਣਾ ਪ੍ਰੋਗਰਾਮ ਬਠਿੰਡੇ